ਤਾਰਾਂ ਦੀ ਸ਼ਾਰਟ ਸਰਕਟ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਅੰਦਰ ਭੇਟ ਹੋਏ ਨੇ। ਬਹੁਤ ਵੱਡੀ ਦੁਖਦਾਈ ਘਟਨਾ ਹੈ, ਨਾ ਬਰਦਾਸ਼ਤ ਕਰਨ ਯੋਗ ਹੈ, ਜਿਸ ਨਾਲ ਸਾਰੀ ਸੰਗਤਾਂ ਦੇ ਹਿਰਦੇ ਬਲੂੰਦਰੇ ਗਏ ਨੇ। ਜੋ ਗੁਰੂ ਮਰਿਆਦਾ ਹੈ ਉਹਦੇ ਅਨੁਸਾਰ ਅਸੀਂ ਅੰਗੀਠਾ ਸਾਹਿਬ ਜਿਹੜਾ ਇਹਨੂੰ ਸੰਭਾਲ ਕੇ ਸ਼੍ਰੀ ਗੋਬਿੰਦਵਾਲ ਸਾਹਿਬ ਭੇਜਾਂਗੇ ਪਾਲਕੀ ਵਾਲੀ ਗੱਡੀ ਦੇ ਰਾਹੀਂ ਬਦਪਿਆਰਿਆਂ ਦੀ ਅਗਵਾਈ ਦੇ ਵਿੱਚ। ਅਤੇ ਜਿਹੜੇ ਚਾਰ ਸਰੂਪ ਮਹਾਰਾਜ ਜੀਆਂ ਦੇ ਨੇ ਉਹ ਗੁਰਦੁਆਰਾ ਚੋਲਾ ਸਾਹਿਬ ਪਠਾਣੀ ਵਿਖੇ ਭੇਜ ਦਿੱਤੇ ਜਾਣਗੇ। ਅਤੇ ਆਉਂਦੇ ਇੱਕ ਦੋ ਦਿਨਾਂ ਦੇ ਅੰਦਰ ਹੀ ਸਾਰੀ ਇਸ ਜਿਹੜੀ ਇਮਾਰਤ ਹੈ ਇਸ ਨੂੰ ਸਾਰਾ ਧਵਾਈ ਕਰਵਾ ਕੇ ਪਸ਼ਚਾਤਾਪ ਦੇ ਲਈ ਸ੍ਰੀ ਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਾ ਕੇ ਭੋਗ ਪਾਏ ਜਾਣਗੇ।